ਮਾਰਿਆ ਟੱਚ ਉਹ ਆਉਂਦਾ ਹੀ ਨੱਚਦਾ ਟੱਪਦਾ ਇਹ ਗੁੜ ਖਾਂਦਾ ਗੰਨੇ ਚੂਪਦਾ ਆ ਗਿਆ ਜੀ ਛੂਪਦਾ ਲੋ ਪੁਆਣ ਹਸੀਬ ਢਿੱਲੋ ਜੋੜ ਗਿਆ ਚੱਲ ਬਈ ਆ ਗਿਆ ਉਹਦੇ ਪਾਸੇ ਮਹਿਰੀ ਗਿੱਲ ਮਹਿਰੀ ਗਿੱਲ ਦੀ ਰੇਡ ਬਈ ਖੇਡ ਵਧਾ ਕੇ ਆ ਗਿਆ ਮਹਿਰੀ ਗਿੱਲ ਇਹ ਛੱਪੀ ਚੱਕ ਵਾਲਾ ਗਿੱਲ ਕਹਿੰਦੇ ਆ ਇਸ ਟਾਈਮ ਕਹਿੰਦੇ ਰੇਡ ਮਹਿਰੀ ਗਿੱਲ ਦੀ ਇੱਕ ਅੱਧੀ ਮੁਕਾਬ ਦੱਸਦਾ ਖਲੋਤਾ ਇਸ ਟਾਈਮ ਬੱਲੇ ਬੱਲੇ ਕਰਵਾਉਂਦਾ ਹੋਇਆ ਅਕਵੰਜਾ ਸਜਾਦਾ ਵਾਲਾ ਮਸਲਾ ਕਹਿੰਦੇ ਮੁੰਡੇ ਨੂੰ ਸੋ ਦੇਖਾਂਗੇ ਬਾਈ ਨਹੀਂ ਨਹੀਂ ਬਾਈ ਓਕੇ ਕਿਆ ਨੇ ਹੁਣ ਸਾਧ ਖਾਲਾ ਫਜ਼ਲ ਇੰਟਰਨੈਸ਼ਨਲ ਰੈਫਰੀ ਉਹਦਾ ਬਿਲਕੁਲ ਫੈਸਲਾ ਜਿਹੜਾ ਉਹਦਾ ਸਹੀ ਆ ਮੈਰੀ ਖਾਤੇ ਬਗੈਰ ਜੁੜਿਆ ਆ ਲੋ ਉਧਰਲੇ ਪਾਸੇ ਦੇਖਾਂਗੇ ਬਾਈ ਇਸ ਸਮੇਂ ਚੱਲ ਬਾਈ ਆ ਗਿਆ ਉਧਰਲੇ ਪਾਸੇ ਸ਼ਾਮੀ ਟੋਗਰ ਟੋਗਰ ਬੜੀ ਵਾਰ ਦਾ ਬੱਬਰ ਸ਼ੇਰ ਇਸ ਸਮੇਂ ਖੇਡ ਵਧਾ ਦੇ ਅੰਦਰ ਚੱਲ ਹਦਰਾ ਇਸ ਟਾਈਮ ਕਹਿੰਦੇ ਰਾਣੇ ਚੌਰੀ ਹੱਥੋਂ ਇੱਕ ਲੋਹਣਾ ਦਾ ਬੱਬਰ ਸ਼ੇਰ ਖੇਡ ਵਧਾ ਦੇ ਅੰਦਰ ਉਧਰਲੇ ਪਾਸੇ ਸਦਰ ਟੂਰਨਾਮੈਂਟ ਰਾਣਾ ਬਾਬਰ ਖਾਂ ਇਸ ਟਾਈਮ ਤਸ਼ਰੀਫ ਲੈ ਰਹੇ ਉਹਨਾਂ ਨਾਲ ਰਾਣਾ ਅਰਫਾਨ ਮਹਿਮੂਦ ਖਾਂ ਜੋ ਚੇਅਰਮੈਨ ਟੂਰਨਾਮੈਂਟ ਨੇ ਹੋਰ ਜਨਾਬ ਨੈਬ ਸਦਰ ਜਨਾਬ ਮਲਕ ਤਾਖਰਾਵਾਨ ਸਾਹਿਬ ਰਾਸ਼ਟਰ ਸਟੇਜ ਦੇ ਉੱਤੇ ਤਸ਼ਰੀਫ ਫਰਮਾ ਸੋ ਪਿਆਰ ਬੜੀ ਤਾਂ ਸ਼ੁਕਰੀਆ ਲੋ ਉਹਦੇ ਪਾਸੇ ਸ਼ਿਆਦ ਬਾਂਗਾ ਇਹ ਛੱਪੀ ਚੱਕ ਵਾਲਾ ਬਾਂਗਾ ਕਹਿੰਦੇ ਆ ਇਹ ਕਹਿੰਦੇ ਝੋਟੀ ਦੇ ਰੇਡਰਾਂ ਦੇ ਵਿੱਚ ਨਾ ਗਿਣਿਆ ਜਾਂਦਾ ਮੁੰਡੇ ਦਾ ਇਸ ਟਾਈਮ ਬੱਲੇ ਬੱਲੇ ਕਰਵਾਉਂਦਾ ਹੋਇਆ ਦੇਖਾਂਗੇ ਪੁਆਇੰਟ ਲਾਸਟ ਟਾਈਮ ਜੁੜਿਆ ਸਤਾਦ ਖਾਲੇ ਬਦਲ ਦਾ ਇਸ਼ਾਰਾ ਕੇ ਪੁਆਇੰਟ ਜਿਹੜਾ ਜਾਫ ਲੈਣ ਦੇ ਖਾਤੇ ਜੁੜਿਆ ਸੱਤ ਚੱਕ ਮਿਲ ਕੇ ਘੁਮਾਲੇ ਦੇ ਖਾਤੇ ਬਾਤਾਂ ਔਰ ਗੱਲਾਂ ਲੱਗਣਗੀਆਂ ਟਿਕਾਣਾ ਮੇਰੇ ਮਿੱਤਰੋ ਔਰ ਜਨਾਬ ਵਿਕਾਸ ਕਲਿਆਣ ਸਾਹਿਬ ਧੰਨਵਾਦ ਹੈ ਔਰ ਜਨਾਬ ਚੀਪਾ ਸਾਹਿਬ ਸਾਹਿਬ ਪਟੋਰੀ ਵਾਲੇ ਕਬੱਡੀ ਦਾ ਆਨੰਦ ਮਾਣਦੇ ਹੋਏ ਸਟੇਜ ਦੇ ਉੱਤੇ ਤਸ਼ਰੀਫ ਫਰਮਾ ਨੇ ਰਾਣਾ ਆਵਾਦ ਅਨਵਰ ਖਾਂ ਜੀ ਔਰ ਜਨਾਬ ਚੌਧਰੀ ਵਿਕਾਸ ਕਲਿਆਰ ਸਾਹਿਬ ਚੌਧਰੀ ਨਈਬ ਚੀਮਾ ਔਰ ਜਨਾਬ ਚੌਧਰੀ ਅਖਤਰ ਗੁਜਰ ਆਫ ਕਾਸੀ ਜੀਪ ਦੇ ਪਟੋਰੀ ਔਰ ਜਨਾਬ ਪੀਰ ਸੈਯਦ ਸ਼ੌਕਤ ਅਲੀ ਸ਼ਾਹ ਸਾਹਿਬ ਸੋ ਪਿਆਰ ਪ੍ਰੀਤਮ ਹਮਦਾ ਦਾ ਸ਼ੁਕਰੀਆ ਜੀ ਇਸ ਟਾਈਮ ਸਟੇਜ ਦੇ ਉੱਤੇ ਤਸ਼ਰੀਫ ਫਰਮਾ ਨੇ ਸੋ ਪਿਆਰ ਪ੍ਰੀਤਮ ਦਾ ਹਮਦਾ ਦਾ
ਛਿਗੜੀਆ ਸੋ ਖੜੇ ਮੱਥੇ ਖੁੱਲੀਆਂ ਬਾਹਾਂ ਦਿਲ ਦੀਆਂ ਡੂਬੀਆਂ ਥਾਵਾਂ ਤੋਂ ਖੁਸ਼ਾਮਦੀਦ ਵੈਲਕਮ ਜੀ ਲਓ ਉਧਰਲੇ ਪਾਸੇ ਕਹਿੰਦੇ ਮਿਆਰੀ ਗਿੱਲ ਦੀ ਰੇੜਿਆ ਰਾਸ਼ਾ ਮਿਆਰੀ ਗਿੱਲ ਭੋਲੇ ਭੋਲੇ ਪੱਪਾਂ ਦੇ ਨਾਲ ਪੁੱਛਿਆ ਹੋਇਆ ਐਨ ਕਮਾਨੋ ਛੁੱਟੇ ਤੀਰ ਵਾਂਗੂ ਅੱਜ ਕਹਿੰਦੇ ਗੱਲਾਂ ਐਨ ਟਿਕਾਣੇ ਲੱਗਣ ਵਾਲੀਆਂ ਨੇ ਗੱਲਾਂ ਟਿਕਾਣੇ ਲੱਗਣੀਆਂ ਕਿ ਕੌਣ ਚੈਂਪੀਅਨ ਬਣਦਾ ਬਾਬਾ ਪੀਰ ਖਾਖੀ ਸ਼ਾਹ ਦੀਵਾਨ ਦੇ ਇਸ ਸਾਲਾਨਾ ਮੇਲੇ ਦੇ ਉੱਤੇ 75 ਸੂਲ ਵਾਲੇ ਕੱਪ ਦੇ ਉੱਤੇ ਅੱਜ ਦਾ ਚੈਂਪੀਅਨ ਕੌਣ ਬਣਦਾ ਆ ਇਹ ਦੇਖਣਾ ਪਏਗਾ ਮੈਨੂੰ ਲੱਗਦਾ ਆ ਜਾਂ 51 ਜੀ ਦੇ ਸਜਾਦਾ ਬਣ ਜਾਣੀ ਚੈਂਪੀਅਨ ਤੇ ਜਾਂ ਸੱਤ ਜਗ ਨਲਕਾ ਘਵਾਲਾ ਦੋਨਾਂ ਟੀਮਾਂ ਦੇ ਵਿੱਚੋਂ ਅੱਜ ਇੱਕ ਟੀਮ ਚੈਂਪੀਅਨ ਬਣ ਜਾਣੀ ਆ ਹਾਂ ਜਿਹਨੂੰ ਜਿਹਨੂੰ ਚਾਸਾ ਆ ਰਹੀ ਹੈ ਕਦੀ ਤਾਲੀ ਮਾਰ ਕੇ ਦੱਸੋ ਹਾਂ ਭਲਾ ਹਾਂ ਜ਼ਿੰਦਾਬਾਦ ਜੀ ਲਓ ਉਹਦੇ ਪਾਸੇ ਨਾਸਰ ਭਾਲਾ ਅਬਰਾਰ ਜਜਵਾ ਤੇ ਨਾਸਰ ਭਾਲਾ ਇਹ ਭਾਲਾ ਅਬਰਾਰ ਜਜਵਾ ਸੁਪੈਨ ਦਾ ਕਰ ਗਿਆ ਵਾਦਾ ਸੁਪੈਨ ਅਬਰਾਰ ਜਜਵਾ ਜੁੜ ਗਿਆ ਅੰਮ੍ਰਿਤ ਸ਼ੀਲ ਵਧੇਸ਼ੇ ਦਾ ਬਬਰ ਸ਼ੇਰ 49 ਮੁੰਡੇ ਪਿੰਡ ਦੀ ਧਰਤੀ ਵਾਲਾ ਕਹਿੰਦੇ ਜਜਵਾ ਕਰਦਾ ਹੋਇਆ ਕਮਾਲਾ ਉਧਰਲੇ ਪਾਸੇ ਛੱਬੀ ਚੱਕ ਵਾਲਾ ਕਹਿੰਦੇ ਬਾਗੇ ਦੀ ਖੇਡ ਪਈ ਹੋਈ ਆ ਸੋ ਖੇਡ ਮੈਦਾਨ ਦੇ ਅੰਦਰ ਦੇਖਾਂਗੇ ਬਾਈ ਕਿ ਕੌਣ ਸਿਆੜ ਬਾਗਾ ਜੋੜਦਾ ਹੋਇਆ ਇਸ ਸਮੇਂ ਆਪਣੀ ਟੀਮ ਦੇ ਵਾਸਤੇ ਲੋ ਦੂਏ ਪਾਸੇ ਫਿਰ ਰੇਡ ਹਸੀਬ ਢਿੱਲੋ ਦੀ ਸੋ ਪੰਕਲੀਆਂ ਟੀਮਾਂ ਦੇ ਅੱਗੇ ਫੇਰਦੀ ਆ ਕਿ ਖਾਣਾ ਐਂਡ ਬਚਿਆ ਪਿਆ ਆ ਸੋ ਬਾਈ ਉਧਰਲੀਆਂ ਟੀਮਾਂ ਵੀ ਹਾਸ ਪਿਆਰ ਦੇ ਅੰਦਰ ਅੰਦਰ ਗਰਾਊਂਡ 'ਚ ਹੋਣੀਆਂ ਚਾਹੀਦੀਆਂ ਨੇ ਚੌਧਰੀ ਗੁਰਦਾਰ ਹੁਸੈਨ ਫਰਿਆਰ ਸਾਹਿਬ 338 ਨਵਾਂ ਲਖੌਰ ਆਪਣੀ ਟੀਮ ਸੈਲ ਗਰਾਊਂਡ ਦੇ ਵਿੱਚ ਲੈ ਕੇ ਪੁੱਛਣ ਉਸਤਾਦ ਰਫੀਕ ਚੱਟ 50 ਜੀਮ ਦੇ ਸੁੱਖੇ ਵਾਲੇ ਵਾਲੇ ਉਹਨਾਂ ਦੇ ਅੱਗੇ ਵੀ ਬੇਨਤੀ ਆਵਾਂਗਾ ਟੀਮ ਨੀ ਇਹ ਗਰਾਊਂਡ ਦੇ ਵਿੱਚ ਲੈ ਆ ਲਓ ਉਧਰਲੇ ਪਾਸੇ ਕਹਿੰਦੇ ਇਸ ਸਮੇਂ ਕਬੱਡੀ ਖੇਡ ਮੈਦਾਨ ਦੇ ਅੰਦਰ ਮਿਆਰੀ ਗਿੱਲ ਦੀ ਆ ਚਾਰੋ ਜਾਫੀ ਤਿਆਰ ਬਾਰ ਤਿਆਰ 51 ਸਜਾਦਾ ਵਾਲੇ ਸਜਾਦਾ ਵਾਲੇ ਤਿਆਰ ਬਾਰ ਤਿਆਰ ਨੇ ਲਓ ਉਧਰਲੇ ਪਾਸੇ ਦੇਖਾਂਗੇ ਬਾਈ ਪੁਆਇੰਟ ਰਾਸ਼ਾ ਕਹਿੰਦੇ ਆ ਅਗਲੀ ਰੇ ਲਓ ਸਾਮੀ ਡੋਗਰ ਲਓ ਸਰਦਾਰਾਂ ਦਾ ਪੁੱਤ ਕਬੱਡੀ ਭਾ ਰਿਹਾ ਹੈ ਪਰ ਸਾਹਮਣੇ ਚਾਰੋ ਜਾਫੀ ਤਿਆਰ ਨਵੀਂ ਪਾਲਿਆ ਹੁਣ ਕੁਝ ਨਾ ਕੁਝ ਕਰਨਾ ਪੈਣਾ ਹੈ ਲੋ ਪਾਲਾ ਕਰਦਾ ਹੈ ਟਰਾਈ ਉਹ ਲੱਗਦੇ ਹੋਈ ਬੱਲੇ ਬੱਲੇ ਹੁੰਦੀ ਹੋਈ ਲੋ ਸਮਾਧ ਕਬੱਡੀ ਦਾ ਔਰ ਜਨਾਬ ਰਾਣਾ ਹਮਾਦ ਅਨਵਰ ਸਾਹਿਬ ਨਿਊ ਸਬਜ਼ਮੰਡੀ ਪੈਸਰੇ ਵਾਲੇ ਔਰ ਸ਼ੋਕਰ ਸ਼ਾਹ ਸਾਹਿਬ ਔਰ ਵਿਕਾਸ ਕਲਿਆਰ ਸਾਹਿਬ ਚੌਧਰੀ ਨੈਮ ਚੀਮਾ ਸਾਹਿਬ ਪੈਸਰੇ ਪ੍ਰਾਪਤ ਕੇ ਕਾਮ ਗਏ ਬੜਾ ਗਰੁੱਪ ਹੈ ਜੇ ਨਿਊ ਸਬਜ਼ਮੰਡੀ ਵਾਲੇ ਲੋਕਾਂ ਵਾਸਤੇ ਵੱਡੀ ਖੁਸ਼ਖਬਰੀ ਹੈ ਜੋ ਪ੍ਰਾਪਤੀ ਦਾ ਵੱਡਾ ਕੰਮ ਹੋ ਰਿਹਾ ਪੈਸਰੇ ਦੇ ਵਿੱਚ ਸੋ ਸਾਡੇ ਚੇਚੇ ਤੌਰ ਤੇ ਪੁੱਜੇ ਹੋਏ ਪ੍ਰਾਹੁਣੇ ਜਨਾਬ ਸ਼ੋਕਰ ਸ਼ਾਹ ਸਾਹਿਬ ਵਿਕਾਸ ਕਲਿਆਰ ਸਾਹਿਬ ਨੈਮ ਚੀਮਾ ਸਾਹਿਬ ਔਰ ਜਨਾਬ ਰਾਣਾ ਅਮਾਨ ਅਨਵਰ ਸਾਹਿਬ ਨੇ ਉਹ ਸਬਜ਼ਮੰਡੀ ਪੈਸਰੇ ਵਾਲੇ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਬੰਦਾ ਧੰਨਵਾਦ ਹੈ ਪਰ ਸਾਹਮਣੇ ਰੇਸ ਹੋ ਜੰਜੂਏ ਦੀ ਲਓ ਰਾਣਾ ਗਿਰਾਮ ਸਾਹਿਬ ਪੁਆਇੰਟ ਕਿਧਰਲੇ ਪਾਸੇ ਜੁੜਿਆ ਹੈ ਪੁਆਇੰਟ ਰੇਡਰ ਦੇ ਖਾਤੇ ਜੁੜ ਰਿਹਾ ਹੈ ਔਰ ਕਬੱਡੀ ਟ੍ਰੇਡ ਡਾਟ ਕਾਮ ਫੈਸਲ ਪ੍ਰਦੇਸ਼ਾ ਔਰ ਸਪੋਰਟਸ ਨਵਾਂ ਲਾਹੌਰ ਅਹਿਮਦ ਗੁੱਜਰ ਸਪੋਰਟਸ ਨਵੇਂ ਲਾਹੌਰ ਵਾਲਾ ਸਦਾ ਪ੍ਰਾਮਲਿਕ ਵਿਕਾਸ ਚੇਚੇ ਦੌਰ ਤੇ ਪੁੱਜਿਆ ਹੋਇਆ ਇੱਕ ਇੱਕ ਰੇਡ ਇੱਕ ਇੱਕ ਜੱਫਾ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋ ਰਿਹਾ ਹੈ ਅਗਲੀ ਰੇਡ ਔਰ ਮੈਰੀ ਗਿੱਲ ਦੀ ਕਬੱਡੀ ਪਿਆਰੀ ਹੈ ਜੋ ਮੈਰੀ ਗਿੱਲ ਦੀ ਰੇਡ ਮੇਰੇ ਮਿੱਤਰੋ ਸਾਹਮਣੇ ਚਾਰੋ ਜਾਫੀ ਤਿਆਰ ਔਰ ਜਹਨ ਵਿੱਚੋਂ ਵੇਖੋ ਬਸਰਾ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੈ
ਭਾਈ ਨਾਨੀ ਗੁੱਜਰ ਆਇਆ ਸਟੇਜ ਤੇ ਅਜੇ ਨਾਨੀ ਗੁੱਜਰ ਨਾਨੀ ਗੁੱਜਰ ਆਇਆ ਬਾਈ ਸਟੇਜ ਤੇ ਅਜੇ ਬਾਈ ਮਿਹਰਬਾਨੀ ਆ ਚੌਧਰੀ ਖਾਨ ਹਮਦ ਗੁੱਜਰ ਸਾਹਿਬ ਲਾ ਰਹੇ ਨੇ ਨਾਨੀ ਗੁੱਜਰ ਦੀ ਮਿਹਰਬਾਨੀ ਆ ਸਟੇਜ ਤੇ ਅਜੇ ਬਾਈ ਮਿਹਰ ਸਟੇਜ ਤੇ ਅਜੇ ਜਨਾਬ ਉਧਰਲੇ ਪਾਸੇ ਸਾਡੇ ਮਹਿਮਾਨ ਨੇ ਖਸੂਸੀ ਰਾਣਾ ਆਬਾਦ ਅਨਵਰ ਖਾਨ ਸਾਹਿਬ ਔਰ ਜਨਾਬ ਚੌਧਰੀ ਨਈਮ ਚੀਮਾ ਸਾਹਿਬ ਉਹਨਾਂ ਦੇ ਵੱਲੋਂ ਨਾਮ ਆਇਆ ਬਤੋਰੇ ਲਾਂਸਰ ਸੋ ਪਿਆਰ ਬੜੀ ਤਮ ਹਮਦਾ ਦਾ ਸ਼ੁਕਰੀਆ ਦੋਨਾਂ ਲਾਂਸਰਾਂ ਵਾਸਤੇ ਸੋ ਪਿਆਰ ਬੜੀ ਤਮ ਹਮਦਾ ਦਾ ਸ਼ੁਕਰੀਆ ਜੀ ਔਰ ਜਨਾਬ ਚੌਧਰੀ ਅਖਤਰ ਗੁੱਜਰ ਸਾਹਿਬ ਕਾਫੀ ਬਡੋਰੀ ਵਾਲੇ ਨਾਨੀ ਗੁੱਜਰ ਵਾਲੀ ਅਜੇ ਸਵਾਈ ਅਲੀ ਬਦੇ ਸ਼ੇਰਾ ਬਾਬਾ ਦੀ ਸ਼ੇਰ ਸੋ ਉਹਨਾਂ ਦੇ ਅੱਗੇ ਬੇਨਤੀ ਆ ਕਿ ਸਟੇਜ ਤੇ ਆ ਜਾਏ ਨਾਨੀ ਗੁੱਜਰ ਸਟੇਜ ਤੇ ਆ ਜਾ ਵੀਰੇ ਚੌਧਰੀ ਖਾਨ ਅਹਿਮਦ ਗੁੱਜਰ ਸਾਹਿਬ ਲਾ ਰਹੇ ਨੇ ਭਾਈ ਪਹਿਲੇ ਸਿਸਟਮ ਕਬੱਡੀ ਕੱਪ ਦਾ ਫਾਈਨਲ ਚੱਲਦਾ ਹੈ ਇਸਮੇ ਖੇਡ ਮੈਦਾਨ ਦੇ ਵਿੱਚ ਵਧੀਆਂ ਟੀਮਾਂ ਜੋ ਇਹ ਨਿਸ਼ਾਨਾ ਥੋੜੀ ਦੇਰ ਤੋਂ ਬਾਅਦ ਆਪਣਾ ਪ੍ਰਦਰਸ਼ਨ ਕਰਨਗੀਆਂ ਔਰ ਡੀਜੇ ਵਾਲੇ ਭਰਾ ਨੂੰ ਸੱਦ ਲਾ ਕੇ ਸਾਡੀ ਲੜੀ ਕੱਢ ਕੇ ਫੇਰ ਸੱਦਣਾ ਹੈ ਪਰੇ ਫਰੇ ਕਹਿਣਦੇ ਲੋਕੀ ਪਤਾ ਨਹੀਂ ਗੋਲ ਗੱਪੇ ਵੇਚਣ ਦੇ ਸਾਊਂਡ ਤੇ ਮਿਹਰਬਾਨੀ ਯਾਰ ਤੇਰੀ ਇਹਨੂੰ ਸਹੀ ਕਰਨਾ ਸੀ ਤਿੰਨ ਦਿਨ ਹੋ ਗਏ ਤਿੰਨ ਗਈ ਜਾਂਦੇ ਬਸ ਉਧਰਲੇ ਪਾਸੇ ਰੇਡ ਆਓ ਮਹਿਰੀ ਗਿੱਲ ਪਰ ਸਾਹਮਣੇ ਚਾਰੋ ਜਾਫੀ ਤਿਆਰ ਆਓ ਬਸਰਾ 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 ਪੁਆਇੰਟ ਰੇਡਰ ਦੇ ਖਾਤੇ ਰੇਡਰ ਦੇ ਖਾਤੇ ਪਾਸੇ ਅਬਰਾਰ ਜਜਵੇ ਦੀ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ ਅਬਰਾਰ ਜਜਵਾ 49 ਟੀਮ ਦੇ ਮੁੰਡੇ ਪਿੰਡ ਵਾਲਾ ਹੈ ਖੇਡ ਮੈਦਾਨ ਦੇ ਅੰਦਰ ਕਰਦਾ ਹੋਇਆ ਕਮਾਲਾ ਦੇਖਾਂਗੇ ਕਿਦਾਂ ਹੁੰਦੀ ਆ ਟੱਕਰ ਕਿਹੜਾ ਹੁੰਦੀ ਹੈ ਟੱਕਰੇ ਸਮੇਂ ਉਧਰਲੇ ਪਾਸੇ ਕਹਿੰਦੇ ਨਾਸਰ ਪਾਲੇ ਦੇ ਨਾਲ ਹੋਈ ਸੀ ਟੱਕਰ ਲੇਕਿਨ ਕੁਐਬ ਉਸ ਸਮੇਂ ਬਿਲਕੁਲ ਕਹਿੰਦੇ ਆ ਲਖਾ ਅਬਰਾਰ ਚਜਵੇ ਨੇ ਜੋੜਿਆ ਕਬੱਡੀ ਉਧਰਲੇ ਪਾਸੇ ਸਿਆਦ ਬਾਂਗੇ ਦੀ ਸਿਆਦ ਬਾਂਗਾ ਸ਼ੰਪੂ ਚੱਕ ਵਾਲਾ ਕਰਦਾ ਹੋਇਆ ਕਮਾਲਾ ਉਸ ਸਮੇਂ ਚਾਰੋਂ ਜਾਫੀ ਤਿਆਰ ਬਾਰ ਤਿਆਰ ਇੱਕ ਬੱਟ ਜਰੀਲਾ ਦੇਖਾਂਗੇ ਬਾਈ ਉਸ ਸਮੇਂ ਹਲਕਾ ਮਾਰਿਆ ਕੱਚ ਰੱਖ ਲਿਆ ਥੱਲੇ ਚੱਕੇ ਕਰ ਦਿੱਤੇ ਨੇ ਚਾਰ ਕਰਦੇ ਹੋਏ ਚੱਲ ਗਈ ਹੋਈ ਕੜੀ ਦੇਖਾਂਗੇ ਪੁਆਇੰਟ ਇਸ ਸਮੇਂ ਕਦੀ ਟੀਮ ਦੇ ਖਾਤੇ ਜੁੜਦਾ ਆ ਬਿਲਕੁਲ ਸਤਾਰ ਖਾਲਾ ਬਦਲ ਪਾ ਜਾਣਗੀ ਅੱਖ ਦਾ ਜਜਮੈਂਟ ਕਰਦਾ ਹੋਇਆ ਸੋ ਪੁਆਇੰਟ ਜਿਹੜਾ ਇਸ ਟਾਈਮ ਸੱਤ 51 ਸਿਆਦਾਂ ਦੇ ਖਾਤੇ ਜੁੜਿਆ ਸਤਾਰ ਖਾਲੇ ਬਦਲ ਦਾ ਇਸ਼ਾਰਾ ਲਓ ਦੂਏ ਪਾਸੇ ਫਿਰ ਰੇਡ ਸਿਆਦ ਬਾਗੇ ਦੀ ਲੋਦਰਲੇ ਪਾਸੇ ਫਿਰ ਰੇਡ ਭੱਜ ਗਈ ਹੈ ਆਹ ਵੱਡਾ ਸ਼ਹਿਜ਼ਾਦ 26 ਚੱਕ ਵਾਲਾ ਕਬੱਡੀ ਭਾ ਰਿਹਾ ਹੈ ਲਓ ਰਾਣਾ ਗ੍ਰਾਮ ਸਾਹਿਬ ਕੋਈ ਟੈਕਨੀਕਲ ਪ੍ਰੋਬਲਮ ਬਣੀ ਹੈ ਉਹਦੀ ਵਜ੍ਹਾ ਤੋਂ ਰੇਡ ਦੁਬਾਰਾ ਪੈ ਜਾਏਗੀ ਰਾਣਾ ਹਮਾਦ ਅਨਵਰ ਸਾਹਿਬ ਨਿਊ ਸਰਪੰਡੀ ਵਾਲੇ ਔਰ ਜਨਾਬ ਸ਼ੌਕਤ ਸ਼ਾਹ ਸਾਹਿਬ ਦਾ ਵੀ ਧੰਨਵਾਦ ਹੈ ਔਰ ਜਨਾਬ ਜਿਹੜੇ ਵਿਕਾਸ ਕਲਿਆਰ ਸਾਹਿਬ ਉਮਰ ਬਾਜਵਾ ਸਾਹਿਬ ਨਈਮ ਚੀਮਾ ਸਾਹਿਬ ਸਾਰੇ ਸਾਡੇ ਸਟੇਜ ਤੇ ਆਈਆਂ ਹੋਈਆਂ ਵੱਖ ਵੱਖ ਜਗ੍ਹਾ ਤੋਂ ਸ਼ਕਤੀਤਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਧੰਨਵਾਦ ਹੈ ਔਰ ਜਨਾਬ ਖਾਨ ਗੁਰਜਰ ਸਾਹਿਬ ਵੀ ਬੈਠੇ ਹੋਏ ਹੈ ਜਿਹੜਾ ਇਸ
ਇਸ ਟੂਰਨਾਮੈਂਟ ਵਾਸਤੇ ਵੱਡਾ ਪੱਲਾ ਗਰਜਿਆ ਔਰ ਚੇਚੇ ਤੌਰ ਤੇ ਦਿਲੋਂ ਧੰਨਵਾਦ ਕਰਾਂਗੇ ਰਾਣਾ ਬਾਬਰ ਖਾਨ ਸਦਰੇ ਟੂਰਨਾਮੈਂਟ। ਬਿਲਕੁਲ ਪ੍ਰੋਬਲਮ ਹੱਲ ਹੋ ਚੁੱਕੀ ਹੈ। ਲੋ ਉਧਰਲੇ ਪਾਸੇ ਕਬੱਡੀ ਖੇਡ ਮੈਦਾਨ ਅੰਦਰ ਹਸੀਬ ਢਿੱਲੋਂ ਦੀ 51 ਟੀਮ ਦੇ ਸਜਾਦਾਂ ਦਾ ਰੇਡਰ ਕਰਦਾ ਹੋਇਆ ਕਮਾਲਾ ਚੌਰੀ ਅਫਜਲ ਢਿੱਲੋਂ ਹੋਣਾ ਦਾ ਬੰਦਰ ਸ਼ੇਰ ਲੋ ਤਸੀਮ ਔਲਖ ਦੇ ਨਾਲ ਹੋਈ ਟੱਕਰ ਲੈ ਕੇ ਪੁਆਇੰਟ ਰੇਡਰ ਦੇ ਖਾਤੇ ਜਾ ਜੁੜਿਆ ਪੁਆਇੰਟ ਰੇਡਰ ਦੇ ਖਾਤੇ। ਉਧਰਲੇ ਪਾਸੇ ਸਾਡੇ ਮਹਿਮਾਨ ਖਸੂਸੀ ਜਨਾਬ ਚੌਧਰੀ ਵਿਕਾਸ ਕਲਿਆਰ ਸਾਹਿਬ ਚੌਧਰੀ ਨਈਮ ਚੀਮਾ ਔਰ ਜਨਾਬ ਚੌਧਰੀ ਅਮਾਦ ਅਨਵਰ ਸਾਹਿਬ ਔਰ ਜਨਾਬ ਚੌਧਰੀ ਅਖਤਰ ਗੁੱਜਰ ਕਾਸੀ ਪਟੋਰੀ ਵਾਲੇ ਔਰ ਉਹਨਾਂ ਦੇ ਨਾਲ ਦੇਖਣ ਦਿਆ ਜਨਾਬ ਪੀਰ ਸੈਦ ਸ਼ੌਕਤ ਅਲੀ ਸ਼ਾਹ ਸਾਹਿਬ। ਸੋ ਉਹਨਾਂ ਦੀਆਂ ਪਿਆਰ ਪ੍ਰੀਤਾਂ ਮੁਹੱਬਤਾਂ ਦਾ ਸ਼ੁਕਰੀਆ ਖਿੜੇ ਮੱਥੇ ਖੁੱਲੀਆਂ ਬਾਹਾਂ ਦਿੱਲੀਆਂ ਡੂੰਘੀਆਂ ਥਾਵਾਂ ਨੂੰ ਖੁਸ਼ਾਮਦੀਦ ਔਰ ਜਨਾਬ ਸਦਰੇ ਟੂਰਨਾਮੈਂਟ ਜਨਾਬ ਇਸ ਟਾਈਮ ਰਾਣਾ ਬਾਬਰ ਖਾਂ ਚੀਫ ਆਰਗਨਾਈਜ਼ਰ ਚੌਧਰੀ ਖਾਨ ਮਹੰਤ ਗੁੱਜਰ ਸਾਹਿਬ ਔਰ ਜਨਾਬ ਨੈਬ ਸਦਰ ਮਲਕ ਤਾਖਰ ਅਵਾਨ ਸਾਹਿਬ ਚੌਧਰੀ ਕੁਰਬਾਨ ਸਾਹਿਬ ਇਹਨਾਂ ਦੀਆਂ ਪਿਆਰ ਪ੍ਰੀਤਾਂ ਮੁਹੱਬਤਾਂ ਦਾ ਸ਼ੁਕਰੀਆ ਜੀ ਆਰ ਸਾਹਿਬ ਨਾਸਰ ਪਾਲੇ ਦੀਆਂ ਚੜਾਈਆਂ ਦੇਖਦਾ ਯਾਰ ਸ਼ਾਮੀ ਡੋਗਰ ਨਾਸਰ ਪਾਲਾ ਹੋਇਆ ਮੋਰੇ ਲੇਕਿਨ ਸ਼ਾਮੀ ਡੋਗਰ ਪੁਆਇੰਟ ਜੁੜ ਗਿਆ ਜੀ। ਲੋਦਰਲੇ ਪਾਸੇ ਅਗਲੀ ਰੇਡ ਪਾਉਣ ਵਾਸਤੇ ਆ ਮੁੰਡਾ ਸ਼ਹਿਜ਼ਾਦ ਕਬੱਡੀ ਪਾਉਣ ਵਾਸਤੇ ਕਿਵੇਂ ਵਧਿਆ ਹੋਇਆ ਹੈ ਸਾਹਮਣੇ ਚਾਰੋ ਜਾਫੀ ਤਿਆਰ ਔਰ ਚਾਰਿਆਂ ਨੰਬਰ ਵਿੱਚ ਆ ਮੁੰਡਾ ਮੋਰੇ ਹੋ ਕੇ ਨਿਕਲਣ ਦੀ ਕਰਦਾ ਹੋਇਆ ਟਰਾਈ ਲੋ ਕਦੇ ਸੱਜੇ ਕਦੇ ਖੱਬੇ ਕਦੇ ਲੈਫਟ ਕਦੇ ਰਾਈਟ ਲੋ ਪੁਆਇੰਟ ਰੇਡਰ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਹੈ ਲੋ ਸ਼ਾਨਦਾਰ ਨਜ਼ਾਰਾ ਚੱਲਦਾ ਹੋਇਆ ਖੇਡ ਕਬੱਡੀ ਦਾ ਲੋ ਸੱਜਿਆ ਫੱਬਿਆ ਖੇਡ ਬਰਾ ਅੱਜ 75 ਸਾਲ ਦੀ ਧਰਤੀ ਦੇ ਕੱਟਾ ਇਤਿਹਾਸ ਲਿਖ ਹੋ ਰਿਹਾ ਖੇਡ ਕਬੱਡੀ ਦਾ ਔਰ ਜਨਾਬ ਰਾਣਾ ਅਮਾਦ ਅਨਵਰ ਸਾਹਿਬ ਨੇ ਉਹ ਸਬਜ਼ ਮੰਡੀ ਵਾਲੇ ਔਰ ਸ਼ੌਕਤ ਸ਼ਾਹ ਜੀ ਔਰ ਜਨਾਬ ਜਿਹੜੇ ਵਿਕਾਸ ਕਲਿਆਰ ਸਾਹਿਬ ਦਾ ਵੀ ਧੰਨਵਾਦ ਹੈ ਔਰ ਚੌਧਰੀ ਨਈਮ ਚੀਮਾ ਸਾਹਿਬ ਔਰ ਜਨਾਬ ਵੱਖ ਵੱਖ ਸ਼ਖਸੀਅਤਾਂ ਆਈਆਂ ਹੋਈਆਂ ਹਾਂਜੀ ਜ਼ਿੰਦਾਬਾਦ ਚ ਲਓ ਉਧਰਲੇ ਪਾਸੇ ਇਸ ਟਾਈਮ ਪੁੱਠੀ ਪਈ ਹੋਈ ਆ ਬਈ ਉਤਲੀਆਂ ਟੀਮਾਂ ਆ ਜਾਓ ਖੇਡ ਮੈਦਾਨ ਦੇ ਵਿੱਚ ਉਸਤਾਦ ਰਫੀਕ ਜੱਟ 50 ਟੀਮ ਦੇ ਸਿੱਕੇ ਵਾਲਾ ਔਰ ਜਨਾਬ ਚੌਧਰੀ ਵਿਕਾਰ ਹੁਸੈਨ ਦਰਿਆੜ ਸਾਹਿਬ ਕਬੱਡੀ ਕਲੱਬ 338 ਨਵਾਂ ਲਖੌਰ ਸਵਾਈ ਟੀਮਾਂ ਦੋਨੇ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਆ ਜਾਓ ਬਈ ਮਿਹਰਬਾਨੀ ਆ ਜ਼ਿੰਦਾਬਾਦ ਜੀ ਵੱਡੇ ਕਲੱਬ ਦੋਨੇ ਹੀ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਆ ਜਾਓ ਜਨਾਬ ਰਾਣਾ ਅਮਾਲ ਖਾਂ ਔਰ ਜਨਾਬ ਚੌਰੀ ਨਈਮ ਚੀਮਾ ਸਾਹਿਬ ਉਹਨਾਂ ਦੇ ਵੱਲੋਂ ਦੋਵਾਂ ਲੌਂਸਰਾਂ ਨੂੰ ਨਾਮ ਆਇਆ ਸੋ ਪਿਆਰ ਪ੍ਰੀਤਾਂ ਮੁਹੱਬਤਾਂ ਦਾ ਸ਼ੁਕਰੀਆ ਸੋ ਖਿੜੇ ਮੱਥੇ ਖੁੱਲੀਆਂ ਬਾਹਾਂ ਦਿਲ ਦੀਆਂ ਡੂੰਘੀਆਂ ਥਾਵਾਂ ਦੇ ਖੁਸ਼ਾਮਦੀਦ ਚੱਲ ਹਾਂ ਦਾ ਵਿਕਾਸ ਮਸੜਾ ਤੇ ਮਿਹਾਰੀ ਗਿੱਲ ਦੇ ਵਿਕਾਸ ਮਸੜਾ ਸਜਾਦਾ ਵਾਲਾ ਮਸੜਾ ਔਰ ਕਹਿੰਦੇ ਛੱਪੀ ਚੱਕ ਵਾਲਾ ਗਿੱਲ ਦੇਖਾਂਗੇ ਕੈਂਚੀ ਮਾਰੀ ਹੋਈ ਆ ਇਸ ਟਾਈਮ ਕਹਿੰਦੇ ਨਾਸਰ ਪਾਲਾ ਲੱਗਾ ਹੋਇਆ ਪਟਾਕੇ ਪਾਈ ਆਉਂਦਾ ਕਹਿੰਦਾ ਐਵੇਂ ਨੀ ਮੈਦਾਨਾਂ ਦੀ ਮੈਂ ਖਾਦ ਪਿਆ ਛਾਣਦਾ ਚੰਗੇ ਚੰਗੇ ਪਰ ਸਾਹਮਣੇ ਚਾਰੋ ਜਾਫੀ ਤਿਆਰ ਔਰ ਚਿਹਰੇ ਵਿੱਚੋਂ ਕਹਿੰਦਾ ਹੁੰਦੀ ਹੈ ਟੱਕਰ ਲੋ ਆਹ ਮੁੰਡਾ ਬੜੇ ਹੋ ਕੇ ਨਿਕਲਣ ਦੀ ਕਰਦਾ ਹੋਇਆ ਢਾਈ ਲੋ ਲੱਗਦੇ ਹੋਈ ਜ਼ੋਰ ਆਹ ਬੱਲੇ ਬੱਲੇ ਹੁੰਦੀ ਹੋਈ ਆਹ ਸਵਾਦ 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 ਕਬੱਡੀ ਦਾ ਔਰ ਸਾਡੇ ਮੁੱਖ ਮਹਿਮਾਨਾਂ ਦੇ ਵਿੱਚ ਜਨਾਬ ਚੌਧਰੀ ਨਈਮ ਚੀਮਾ ਸਾਹਿਬ ਦਾ ਵੀ ਧੰਨਵਾਦ ਹੈ ਚੌਧਰੀ ਨਈਮ ਚੀਮਾ ਸਾਹਿਬ ਕਿ ਜਿਹੜਾ ਮਤਲਬ ਆਪਣੇ ਕੱਢੇ ਨੇ ਅਸੀਂ ਬੜੇ ਬੁਲਾਉਣੇ ਛੱਡੇ ਨੇ ਅਸੀਂ ਆਪਣੇ ਘਰ ਵਿੱਚ ਰਾਜੀ ਹਾਂ ਉਹ ਆਪਣੀ ਥਾਂ ਤੇ ਵੱਡੇ ਨੇ ਜਿਸ ਰਿਸ਼ਤੇ ਦੀ ਬੁਨਿਆਦ ਹੈ ਪੈਸਾ ਉਹ ਕਦੇ ਵਿਕਦਾ ਨਹੀਂ ਹੁੰਦਾ ਉਹ ਜੱਟ ਜਿੱਤਿਆ ਜਾ ਸਕਦਾ ਪਰ ਕਦੇ ਵਿਕਦਾ
ਪੂਰਾ ਨਹੀਂ ਹੁੰਦਾ, ਹਉ ਜੱਟ ਜਿੱਤਿਆ ਜਾ ਸਕਦਾ ਹੈ ਪਰ ਕਦੇ ਪਿਕਦਾ ਨਹੀਂ ਹੁੰਦਾ। ਲੋ ਪੁਆਇੰਟ ਜੋੜ ਰਿਹਾ ਮੁੰਡਾ ਗਿੱਲ, ਆਹ ਮੁੰਡਾ ਸਰਦਾਰਾਂ ਦਾ ਪੁਆਇੰਟ ਜੋੜ ਰਿਹਾ ਆਪਣੀ ਟੀਮ ਦੇ ਖਾਤੇ। ਉਗਲੀ ਰੇਤ ਹਉ ਮਹਿਰੀ ਗਿੱਲ ਜੱਟ ਪਰੀ ਮਾਰਦਾ ਹੈ ਜੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਠੰਡ ਵਿੱਚ ਹੁੰਦੇ ਨਹੀਂ ਹੋ ਔਲਾਦ ਸੱਟਾ ਵੇ ਪਰ ਪਿੰਡ ਤੋਂ ਕੈਨੇਡਾ ਤੱਕ ਬੋਲਦੇ ਖਿਡਾਰੀ ਆਸਨ ਕਰਦਾ ਹੋਇਆ ਕਮਾਲਾ ਇਹ ਮੁੰਡਾ ਬੜੇ ਬੜੇ ਮੈਚ ਓਪਨ ਖੇਡਿਆ ਉਧਰਲੇ ਪਾਸੇ ਕਹਿੰਦੇ ਖੁੱਚ ਪੱਟੀ ਹੋਈ ਆ ਕਿ ਖੁੱਚ ਪੱਟਣੀ ਤੇ ਲਾਉਣੀ ਭਾਗ ਮਿੱਤਰੋ ਇਹ ਤਾਂ ਲੱਭਦੇ ਨੇ ਖਾ ਕੇ ਖਰਾਕਾ ਮਿੱਤਰੋ ਲੱਭ ਲੈ ਕੇ ਖੇਡ ਮੈਦਾਨ ਦੇ ਵਿੱਚ ਉੱਤਰ ਆਇਆ ਆ ਜਨਾਬ ਚੌਧਰੀ ਵਿਕਾਸ ਕਲਿਆਣ ਸਾਹਿਬ ਇਸ ਟਾਈਮ ਸਟੇਜ ਦੀ ਬਣੇ ਹੋਏ ਨੇ ਜ਼ੀਨਤ। ਚੱਲ ਬਈ ਉਧਰਲੇ ਪਾਸੇ ਆ ਗਿਆ ਸ਼ਹਿਜ਼ਾਦ ਛੱਬੀ ਚੱਕ ਵਾਲਾ ਕਰਦਾ ਹੋਇਆ ਕਮਾਲਾ ਇਹਦਾ ਕੋਟੀ ਕੋਟੀ ਕਰਦਾ ਵੇ ਆ ਗਿਆ ਮੈਦਾਨ ਵਿੱਚ ਆਏ ਮੋਹਰੇ ਜਾ ਰਿਹਾ ਜੜੇ ਜੜੇ ਸਾਨ ਵਿੱਚ ਆਵੇ ਮੋਹਰੇ ਜਾ ਰਿਹਾ ਜੜੇ ਜੜੇ ਸਾਨ ਵਿੱਚ ਚੱਲ ਬਈ ਸ਼ਾਮੀ ਡੋਗਰ ਡੋਗਰ ਪਰਿਵਾਰ ਦਾ ਬੱਬਰ ਸ਼ੇਰ ਕਰਦਾ ਚੜਦੀ ਹੁੰਦੀ ਆ ਤੜਕਾ
ਕਰ ਕਰਕੇ ਗੱਡੀ ਚੜ੍ਹਦੀ ਹੁੰਦੀ ਆ। ਲੈ ਕਾਮਰਾਡ ਵੀਰ ਚੱਕਲਾ ਮੈਚ ਕਰਦੇ ਗੱਲ ਮੁੰਡੇ ਨੇ। ਉਧਰਲੇ ਪਾਸੇ ਫੇਰ ਗਿੱਲ ਦੀ ਕਬੱਡੀ ਪੈ ਗਈ ਹੈ। ਲੋ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਿ ਸੋਹਣਾ ਘੜਵਾ ਸਰੀਰ ਹੈ ਕਿ ਮੁੱਲ ਮਹਿਣ ਸਰੀਰਾਂ ਦੇ ਆਓ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਆਓ ਧੰਨ ਜ਼ੋਰ ਜਵਾਨਾਂ ਦਾ ਜੋ ਲੈਜਨ ਭਰਿਆ ਭਰਿਆ ਵੇਲਾ ਲੁੱਟ ਕੇ ਲੋ ਮੈਰੀ ਖੇਲ ਪੁਆਇੰਟ ਜੁੜਦਾ ਹੈ ਆਪਣੀ ਟੀਮ ਦੇ ਖਾਤੇ ਲੋ ਪੁਆਇੰਟ ਦਾ ਵਾਧਾ ਕਰਦਾ ਹੈ। ਔਰ ਜਨਾਬ ਸ਼ੌਕਤ ਸ਼ਾਹ ਸਾਹਿਬ ਦਾ ਵੀ ਧੰਨਵਾਦ ਹੈ ਔਰ ਜਨਾਬ ਰਾਣਾ ਅਮਾਦ ਅਨਵਰ ਸਾਹਿਬ ਨਿਊ ਸਬਜ਼ ਮੰਡੀ ਪੈਸਰੇ ਵਾਲੇ ਔਰ ਜਨਾਬ ਨਈਮ ਚੀਮਾ ਸਾਹਿਬ ਔਰ ਉਮਰ ਬਾਜਵਾ ਮੇਰਾ ਭਾਈ ਛੋਟੀ ਉਮਰ ਦਾ ਭਾਈ ਹੈ ਕਿ ਉਮਰ ਭਾਵਾਂ ਛੋਟੀ ਹੈ ਉਮਰ ਬਾਜਵਾ ਸਾਹਿਬ ਕਿ ਉਮਰ ਭਾਵਾਂ ਛੋਟੀ ਹੈ ਪਰ ਕਾਰਨਾਮੇ ਵੱਡੇ ਨੇ ਔਰ ਸੱਜਣ ਮਿੱਤਰ ਬੇਲੀ ਸਾਰੇ ਅੱਜ ਵੀ ਨਾਲ ਨੇ ਬਸ ਦੋਗਲੇ ਬੰਦੇ ਛੱਡੇ ਨੇ ਬਸ ਦੋਗਲੇ ਬੰਦੇ ਛੱਡੇ ਨੇ ਪਰ ਪੁਆਇੰਟ ਔਰ ਰੇਡਰ ਦੇ ਖਾਤੇ ਜੁੜ ਗਿਆ ਲੋ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੈ ਲੋ ਸ਼ਾਨਦਾਰ ਨਜ਼ਾਰਾ ਚੱਲਦਾ ਹੈ ਖੇਡ ਕਬੱਡੀ ਦਾ। ਚੱਲ ਬਈ ਅਗਲੇ ਪਾਸੇ ਆ ਗਿਆ ਫਿਰ ਸ਼ਹਿਜ਼ਾਦ ਬਾਂਗਾ ਇਹ ਛੱਬੀ ਚੱਕ ਵਾਲਾ ਗੱਭਰੂ ਆ ਕਰਦਾ ਹੋਇਆ ਕਮਾਲਾ ਇਸ ਵੇਲੇ ਫਾਈਨਲ ਮੁਕਾਬਲਾ ਚੱਲਦਾ ਹੋਇਆ ਸਵਾ ਦੇ ਆਸਰਾ ਬਣਿਆ ਪਿਆ ਠਾਠਾ ਮਾਰਦਾ ਹੋਇਆ ਵਾਮ ਦਾ ਸਮੁੰਦਰ ਫਾਈਨਲ ਡੇ ਅੱਜ ਕਹਿੰਦੇ ਚੀਫ ਚੌਧਰੀ ਖਾਨ ਮੁਹੰਮਦ ਗੁੱਜਰ ਸਾਹਿਬ ਔਰ ਸਦਰੇ ਟੂਰਨਾਮੈਂਟ ਇਸ ਸਮੇਂ ਖੇਡੇ ਆ ਰਾਣਾ ਬਾਬਰ ਖਾਂ ਸੋ ਉਹਨਾਂ ਦੀ ਫਿਰ ਨਗਰਾਨੀ ਦੇ ਵਿੱਚ ਸਜਿਆ ਹੋਇਆ ਕਬੱਡੀ ਮੇਲਾ ਇਸ ਭਾਗਾਂ ਵਾਲੀ ਧਰਤੀ ਦੇ ਉੱਤੇ ਆ ਦੇਖਾਂਗੇ ਬਾਈ ਇਸ ਸਮੇਂ ਕਿ ਦੋਨਾਂ ਟੀਮਾਂ ਦੇ ਵਿੱਚੋਂ ਕਿਹੜੀ ਟੀਮ ਚੈਂਪੀਅਨ ਬਣਦੀ ਆ ਜਿਹੜਾ ਉਹ ਪੀਰ ਬਾਬਾ ਖਾਖੀ ਸ਼ਾਹ ਦੀਵਾਨ ਸਲਾਨਾ ਮੇਲੇ ਦੇ ਉੱਤੇ ਸਜਿਆ ਹੋਇਆ ਕਬੱਡੀ ਮੇਲਾ 75 ਸੂਰ ਦੀ ਧਰਤੀ ਦੇ ਉੱਤੇ ਸਜਿਆ ਹੋਇਆ ਕਬੱਡੀ ਮੇਲਾ ਸੁਬਈ ਟੀਮ ਉੱਧਰ ਨਵੇਂ ਲਾਹੌਰ ਦੀ ਟੀਮ ਦੇ ਅੱਗੇ ਬੇਨਤੀ ਹੈ ਜੀ ਚੌਧਰੀ ਵਕਾਰ ਹੁਸੈਨ ਹਰਿਆਰ ਸਾਹਿਬ ਜਲਦ ਤੋਂ ਜਲਦ ਟੀਮ ਜਿਹੜੀ ਆ 333 ਨਵੇਂ ਲਾਹੌਰ ਤੇ ਜਲਦ ਤੋਂ ਜਲਦ ਗਰਾਊਂਡ ਦੇ ਵਿੱਚ ਆ ਜਾ। ਚੱਲ ਬਾਈ ਮਿਹਾਰੀ ਗਿੱਲ ਦੀ ਰੇਡ ਹੈ ਖੇਡ ਮੈਦਾਨ ਦੇ ਅੰਦਰ ਇਸ ਟਾਈਮ ਪੂਰਾ ਝੁਕਿਆ ਹੋਇਆ ਕਈਆਂ ਸਕਿੰਟਾਂ ਦਾ ਸਮਾਂ ਟੱਕ ਟੱਕ ਕਰਕੇ ਚੱਲਦੀ ਹੋਈ ਘੜੀ ਤੇ ਅਗਲੇ ਪਾਸੇ ਸਾਡੇ ਸਟਾਡੀਅਮ ਹੋ ਚੁੱਕਾ ਹੈ ਰਾਣਾ ਮੁਹੰਮਦ ਇਕਰਾਮ ਸਾਹਿਬ 485 ਸਮੁੰਦਰੀ ਉਹਨਾਂ ਦਾ ਇਸ਼ਾਰਾ ਜੇ ਪੁਆਇੰਟ ਰੇਡਰ ਦੇ ਖਾਤੇ ਜੁੜ ਗਿਆ ਪੁਆਇੰਟ ਰੇਡਰ ਦੇ ਖਾਤੇ ਜਾ ਜੁੜਿਆ ਇਸ ਟਾਈਮ ਚੱਲ ਪਈ ਆ ਬਰਾਰ ਮੰਨਾ ਕਿ ਕੱਚ ਵੀ ਮਣਕਾ ਤੇ ਲਾਲ ਵੀ ਮਣਕਾ ਇੱਕੋ ਰੰਗ ਹੈ ਗੁਫਾ ਦਾ ਜਦ ਸਰਾਫਾ ਹੱਥੇ ਚੜਿਆ ਤੇ ਫਰਕ ਹਜ਼ਾਰ ਗੁਫਾ ਦਾ ਜਦ ਸਰਾਫਾ ਹੱਥੇ ਚੜਿਆ ਤੇ ਫਰਕ ਹਜ਼ਾਰ ਗੁਫਾ ਦਾ ਅਬਰਾਰ ਜਿਹੜੀ ਰੇਡ ਹੈ ਖੇਡ ਮੈਦਾਨ ਦੇ ਅੰਦਰ ਸੋ ਚਾਰ ਜਾਫੀ ਨੇ ਲੋ ਉਧਰਲੇ ਪਾਸੇ ਕੰਨੀ ਵਾਲੇ ਜਾਫੀ ਦੇ ਨਾਲ ਨਾ ਸਿਰ ਭਾਲੇ ਦੇ ਨਾਲ ਹੋਈ ਟੱਕਰ ਹਲੇ ਕਰ ਪੁਆਇੰਟ ਅਬਰਾਰ ਜੰਜਵਾ ਜੋੜ ਗਿਆ ਠੀਕ ਕਾਮਰਾਨ ਬਾਈ ਲਓ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੈ ਅਗਲੀ ਰੇਡ ਆਈ ਸਮੇਂ ਫੇਰ ਸ਼ਹਿਜ਼ਾਦ ਬਾਂਗੇ ਦੀ ਜੋ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਲੋ ਬੋਲੇ ਬੋਲੇ ਪੱਪ ਧਰਦਾ ਹੋਇਆ ਪਰ ਸਾਹਮਣੇ ਚਾਰੋ ਜਾਫੀ ਤਿਆਰ ਕਿ ਸ਼ਹਿਰ ਬਾਰੀ ਇਹ ਮਾਨ ਨਾ ਕਰੀ ਉਹ ਦਿਲ ਦੇ ਕੇ ਸਾਨੂੰ ਸਹਾਰ ਨਾ ਕਰੀ ਉਹ ਸਾਡਾ ਬਾਪੂ ਸਾਨੂੰ ਦੇਦਾ ਪੂਰੀ ਖੁੱਲ ਬਲੀਏ ਹੈ ਕੰਮ ਭਾਵਾਂ ਸੋਡਾ ਤੇਰੇ ਟੈਰ ਦੇ ਵਪਾਰ ਤੋਂ ਪਰ ਜੱਟਾਂ ਦੀ ਟਰਾਲੀ ਬਣੇ 25 ਲੱਖ ਦੀ ਹਾਓ ਕਿਤੇ ਮਹਿੰਗੀ ਮਿਲੋ ਤੇਰੀ ਨੈਨੋ ਕਾਰ ਤੋਂ ਹਾਓ ਕਿਤੇ ਮਹਿੰਗੀ ਮਿਲੋ ਤੇਰੀ ਨੈਨੋ ਕਾਰ ਤੋਂ ਲੋਦਰਲੇ ਪਾਸੇ ਰੇਡ ਹਾਓ ਫਿਰ ਪੈ ਜੂਗੀ ਖੇਡ ਮੈਦਾਨ ਵਿੱਚ ਪਰ ਮੁੰਡਾ ਟੈਕਲਰ ਨਹੀਂ ਕਰਦਾ ਹੋਇਆ 28 ਲੋ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ ਲੋ ਸ਼ਾਨਦਾਰ ਨਜ਼ਾਰਾ ਚੱਲਦਾ ਹੋਇਆ ਖੇਡ ਕਬੱਡੀ ਦਾ ਅੱਜ 7500 ਦੀ ਧਰਤੀ ਔਰ ਖਾਨ ਗੁੱਜਰ ਖਾਨ ਸਾਹਿਬ ਦਾ ਵੀ ਦਿਲੋਂ ਧੰਨਵਾਦ ਹੈ ਜਿਹੜਾ ਆਪਣੇ ਕੋਲੋਂ ਇੰਨਾ ਪੱਲਾ ਖਰਚਿਆ ਔਰ ਆਹ ਟੂਰਨਾਮੈਂਟ ਨੂੰ ਤਰਤੀਬ ਦਿੱਤੀ ਹੈ ਔਰ ਰਾਣਾ ਬਾਬਰ ਖੈਰ ਮੇਰਾ ਭਾਈ ਉਹਦਾ ਵੀ ਧੰਨਵਾਦ ਹੈ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਵੱਡਾ ਧੰਨਵਾਦ ਹੈ ਸੋ ਪਿਆਰ ਭਰੀ ਧੰਨਵਾਦ
ਬਹੁਤ ਸ਼ੁਕਰੀਆ ਜੀ। ਇਸ ਟਾਈਮ ਸੋ ਵਧੀਆ ਚੱਲਦਾ ਹੋਇਆ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਇਸ ਟਾਈਮ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲੇਗਾ। ਸੋ ਉਧਰਲੇ ਪਾਸੇ ਇਸ ਟਾਈਮ ਦੇਖਾਂਗੇ ਬਾਈ, ਚੱਲ ਬਾਈ ਉਧਰਲੇ ਪਾਸੇ ਰੇਡ ਖੇਡ ਮੈਦਾਨ ਦੇ ਅੰਦਰ ਸੋ ਪਾਉਣ ਵਾਸਤੇ ਬਿਲਕੁਲ ਤਿਆਰ ਬਾਰ ਤਿਆਰ ਹੈ। ਹਸੀਬ ਢਿੱਲੋਂ ਦੀ ਰੇਡ ਮੈਨ ਤਿਆਰੀ ਖੇਡ ਮੈਦਾਨ ਦੇ ਅੰਦਰ, ਆਹ ਦੇਖਾਂਗੇ ਬਾਈ ਉਧਰਲੇ ਪਾਸੇ ਨਾਸਰ ਪਾਲੇ ਦੇ ਨਾਲ ਹੋ ਗਿਆ ਮੁਕਾਬਲਾ। ਨਾਸਰ ਪਾਲਾ ਇਸ ਟਾਈਮ ਚੱਕੇ ਕਰ ਦਿੱਤੇ ਜਾਣ, ਲੇਕਿਨ ਹਸੀਬ ਢਿੱਲੋਂ ਬੁਆਡ ਜੋੜ ਗਿਆ ਆਪਣੀ ਟੀਮ ਦੇ ਵਾਸਤੇ। ਇਸ ਟਾਈਮ ਫਾਈਨਲ ਮੁਕਾਬਲਾ ਚੱਲਦਾ ਹੋਇਆ ਉਤਲੀਆਂ ਟੀਮਾਂ ਬਾਈ ਗਰਾਊਂਡ ਵਿੱਚ, ਪੰਜਾਬ ਜੀ ਦੇ ਸੁਖਿਆਲੇ ਦੀ ਟੀਮ ਇਸ ਸਮੇਂ ਗਰਾਊਂਡ ਦੇ ਵਿੱਚ, ਸਟਾਰ ਅਫੀਕ ਜੱਟ ਦੀ ਸੇਰੇ ਨਿਗਰਾਨੀ ਦੇ ਵਿੱਚ, ਔਰ ਜਨਾਬ ਚੌਧਰੀ ਵਿਕਾਸ ਕਲਿਆਰ ਸਾਹਿਬ ਦਿਲੋਂ ਧੰਨਵਾਦ ਹੋ ਗਿਆ। ਇਸ ਟਾਈਮ ਸਟੇਜ ਦੀ ਬਣੇ ਹੋਏ ਨੇ ਜ਼ੀਨਤ, ਔਰ ਜਨਾਬ ਰਾਣਾ ਮਾਦ ਅਨਵਰ ਸਾਹਿਬ ਔਰ ਉਹਨਾਂ ਦੇ ਨਾਲ ਦੀ ਚੌਧਰੀ ਨਈਮ ਚੀਮਾ ਸਾਹਿਬ ਔਰ ਜਨਾਬ ਪੀਰ ਸੈਦ ਸ਼ੌਕਤ ਸ਼ਾਹ ਸਾਹਿਬ। ਸੋ ਪਿਆਰ ਭਰੀ ਧੰਨਵਾਦਾਂ ਦਾ ਸ਼ੁਕਰੀਆ। ਔਰ ਜਨਾਬ ਚੀਫ ਆਰਗਨਾਈਜ਼ਰ ਚੌਧਰੀ ਖਾਨ ਮੁਹੰਮਦ ਗੁੱਜਰ ਸਾਹਿਬ ਔਰ ਉਹਨਾਂ ਦੇ ਨਾਲ ਮੈਂ ਦੇਖ ਰਿਹਾ ਸਮੇਂ ਸਦਰੇ ਟੂਰਨਾਮੈਂਟ ਰਾਣਾ ਬਾਬਰ ਖਾਂ ਇਸ ਟਾਈਮ ਸਟੇਜ ਦੇ ਉੱਤੇ ਤਸ਼ਰੀਫ ਫਰਮਾ ਨੇ ਜੀ। ਸੋ ਪਿਆਰ ਭਰੀ ਧੰਨਵਾਦਾਂ ਦਾ ਸ਼ੁਕਰੀਆ ਜੀ। ਲੋਕ ਲਈ ਰੇਡ ਆਓ ਜੱਜੂ ਦੀ ਫੇਰ ਪੈ ਚੁੱਕੀ ਹੈ। ਲੋ ਸਾਹਮਣੇ ਆਪਣਾ ਦੋ ਨੰਬਰ ਦੇ ਵਿੱਚੋਂ ਡੈਕਲੇਟ ਨਹੀਂ ਕਰਦਾ ਹੋਇਆ ਢਾਈ ਪਰ ਪੁਆਇੰਟ ਰੇਡਰ ਦੇ ਖਾਤੇ ਤੀਜੇ ਵਾਲੇ ਭਰਾ ਹੁਣ ਸਾਨੂੰ ਵੀ ਇੱਦਾਂ ਹੀ ਚੱਲਣਾ ਪੈਣਾ ਮੈਨੂੰ ਲੱਗਦਾ ਹੈ। ਲਓ ਜਿਹਨੂੰ ਜਿਹਨੂੰ ਟੂਰਨਾਮੈਂਟ ਵਧੀਆ ਲੱਗਿਆ, ਮੈਨੇਜਮੈਂਟ ਵਧੀਆ ਲੱਗੀ, ਇੱਕ ਵਾਰ ਕਮੇਟੀ ਵਾਸਤੇ ਧਾੜੀ ਮਾਰ ਦਿਓ ਜ਼ੋਰਦਾਰ ਸਾਰੇ ਪੰਜਾਬੀ ਵੀਰਿਓ। ਆਓ ਸੰਗਤ ਖੁਸ਼ ਹੈ, ਆਓ ਖਾਨ ਗੁੱਜਰ ਖਾਨ ਸਾਹਿਬ ਆਓ ਸੰਗਤ ਖੁਸ਼ ਹੈ ਕਿ ਤਾੜੀ ਵੱਜਦੀਆਂ ਤੋਂ ਪਤਾ ਲੱਗ ਜਾਂਦਾ ਹੈ ਲੋਕਾਂ ਦੇ ਮਨ ਲੱਗਿਆ ਦਾ। ਇੱਥੇ ਦੁਨੀਆ ਪੂਜਦੀ ਯੋਧਿਆਂ ਨੂੰ, ਕੋਈ ਨਾਮ ਨਹੀਂ ਲੈਂਦਾ ਭੱਜਿਆ ਦਾ, ਕੋਈ ਨਾਮ ਨਹੀਂ ਲੈਂਦਾ ਭੱਜਿਆ ਦਾ। ਔਰ ਜਨਾਬ ਉਮਰ ਬਾਜਵਾ ਸਾਹਿਬ ਦਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ, ਵੱਡਾ ਧੰਨਵਾਦ ਹੈ, ਮਾਣ ਭੇਜਿਆ ਸੇਵਾ ਭੇਜੀ ਹੈ, ਬਹੁਤ ਬਹੁਤ ਜ਼ਿਆਦਾ ਥੈਂਕ ਯੂ, ਵੱਡਾ ਧੰਨਵਾਦ ਹੈ। ਉਧਰਲੇ ਪਾਸੇ ਫਿਰ ਰੇਡ ਆਓ ਪਾਲਾ ਕਰਦਾ ਹੈ ਟਰਾਈ। ਲਓ ਮੈਚ ਮੇਰਾ ਖਿਆਲ ਹੈ ਸਮਾਪਤ ਹੋ ਚੁੱਕਾ ਹੈ ਔਰ ਵਕਾਰ ਬਰਿਆਰ ਕਬੱਡੀ ਕਲੱਬ 338 ਨਵੇਂ ਲਾਹੌਰ ਦੀ ਟੀਮ ਜ਼ਰੂਰ ਗਰਾਊਂਡ ਦੇ ਵਿੱਚ ਆ ਜਾਵੇ। ਮਿਹਰਬਾਨੀ ਕਰਕੇ ਬਰਿਆਰ ਕਬੱਡੀ ਕਲੱਬ 338 ਨਵਾਂ ਲਾਹੌਰ ਜ਼ਰੂਰ ਗਰਾਊਂਡ ਆ ਜਾਓ। ਪੁਆਇੰਟ ਦੱਸੋ ਭਰਾ, ਆ ਜਾ ਪੁਆਇੰਟ ਆਪਾਂ ਦਰਸ਼ਕ ਵੀਰਾਂ ਜ਼ਰੂਰ ਸਾਂਝੇ ਕਰਨ। ਜਿਹੜੇ ਸੱਚਕ ਨਲਕੇ ਗੁਹਾਰੇ ਦੀ ਟੀਮ ਦੇ ਔਰ 35.51 ਸਿਆਦਾ ਬਲਾਲ ਮੋਹਸਨ ਢਿੱਲੋਂ ਵਾਲੀ ਟੀਮ ਜੇਤੂ ਹੋ ਗਈ ਹੈ। 33.51 ਸੱਚਕ ਨਲਕੇ ਗੁਹਾਰੇ ਦੀ ਟੀਮ ਦੇ ਔਰ 35.51 ਸਿਆਦਾ